ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਚਲੋ ਜੀ, ਆਪਾਂ ਕਰਦੇ ਹਾਂ ਵੀਡੀਓ ਸ਼ੁਰੂ। ਆਪਾਂ ਨੇ ਇੱਕ ਟਮਾਟਰ ਲੈ ਲਿਆ, ਇੱਕ ਪਿਆਜ਼ ਲੈ ਲਿਆ, ਅਤੇ ਆਹ ਲੈ ਲਈ ਘੀਆ ਕੱਦੂ। ਇਹ ਛਿੱਲ ਲਿਆ, ਛਿੱਲ ਕੇ ਆਪਾਂ ਨੇ ਧੋ ਲਿਆ। ਹੁਣ ਆਪਾਂ ਇਹ ਕੱਦੂ ਨੂੰ ਕੱਦੂਕਸ਼ ਕਰ ਲੈਂਦੇ ਹਾਂ। ਲਓ ਜੀ, ਇੱਦਾਂ ਆਪਾਂ ਨੇ ਮੋਟੇ ਪਾਸੇ ਨਾਲ ਕੱਦੂਕਸ਼ ਕਰ ਲੈਣੀ। ਬਹੁਤ ਵਧੀਆ ਅਤੇ ਟੇਸਟੀ ਨਾਸ਼ਤਾ ਬਣਦਾ ਜੀ। ਨਾਸ਼ਤੇ ਤਾਂ ਬਹੁਤ ਖਾਧੇ ਹੋਣਗੇ, ਪਰ ਕੀ ਹੈ ਤਾਂ ਨਹੀਂ ਖਾਧਾ ਹੋਣਾ ਤੁਹਾਨੇ। ਕੱਦੂ ਆਪਾਂ ਨੇ ਕੱਦੂਕਸ਼ ਕਰ ਲਿਆ। ਹੁਣ ਆਪਾਂ ਟਮਾਟਰ ਅਤੇ ਪਿਆਜ਼ ਨੂੰ ਕੱਟ ਕਰ ਲੈਂਦੇ ਹਾਂ। ਪਿਆਜ਼ ਕੱਟ ਲੈਂਦੇ ਹਾਂ, ਪਿਆਜ਼ ਨੂੰ ਆਪਾਂ ਬਰੀਕ ਬਰੀਕ ਕੱਟ ਲਵਾਂਗੇ, ਬਹੁਤਾ ਮੋਟਾ ਨਹੀਂ ਕੱਟਾਂਗੇ, ਬਿਲਕੁਲ ਬਰੀਕ ਪਿਆਜ਼ ਆਪਾਂ ਕੱਟ ਲੈਂਦੇ ਹਾਂ। ਕਿਉਂਕਿ ਇਹ ਜੇ ਕੱਦੂਕਸ਼ ਕਰਦੇ ਹਾਂ ਜੀ, ਫਿਰ ਜ਼ਿਆਦਾ ਬਰੀਕ ਹੋ ਜਾਂਦਾ, ਥੋੜ੍ਹਾ ਜਿਹਾ ਟੈਸਟ ਵੀ ਆਉਣਾ ਚਾਹੀਦਾ ਪਿਆਜ਼ ਦਾ। ਜੇ ਹੁਣ ਆਪਾਂ ਇਹਨੂੰ ਕੱਦੂਕਸ਼ ਕਰ ਲੈਂਦੇ, ਫਿਰ ਇਹ ਵਿੱਚੇ ਮਿਕਸ ਹੋ ਜਾਂਦਾ। ਲਓ ਜੀ, ਪਿਆਜ਼ ਆਪਾਂ ਨੇ ਕੱਟ ਲਿਆ ਬਰੀਕ। ਹੁਣ ਆਪਾਂ ਟਮਾਟਰ ਕੱਟ ਲੈਂਦੇ ਹਾਂ, ਟਮਾਟਰ ਨੂੰ ਵੀ ਆਪਾਂ ਬਰੀਕ ਬਰੀਕ ਕੱਟ ਲਵਾਂਗੇ, ਬਰੀਕ ਬਰੀਕ ਟੋਟੇ ਕਰ ਲਵਾਂਗੇ ਟਮਾਟਰਾਂ ਦੇ ਵੀ। ਇਹ ਵੀ ਜੇ ਕੱਦੂਕਸ਼ ਕਰਦੇ ਤਾਂ ਸਾਰੇ ਪਾਣੀ ਜਿਹਾ ਨਿਕਲ ਜਾਂਦਾ ਜੀ, ਇਹ ਵੀ ਕੱਟੇ ਹੋਇਆਂ ਦੇ ਟੈਸਟ ਵੱਧ ਆਉਂਦਾ। ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲੈਂਦੇ ਹਾਂ। ਲਓ ਜੀ, ਟਮਾਟਰ ਵੀ ਆਪਾਂ ਨੇ ਕੱਟ ਕਰ ਲਏ। ਗਰਮੀ ਬਹੁਤ ਪੈ ਰਹੀ ਹੈ ਜੀ, ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੰਨੀ ਕੁ ਗਰਮੀ ਲੱਗਦੀ ਹੈ। ਬਹੁਤ ਜ਼ਿਆਦਾ ਗਰਮੀ ਹੈ, ਇਹਦੀ ਛੇਤੀ ਉਹ ਪੈਣ ਲੱਗ ਗਈ। ਮੀਂਹ ਪੈ ਜੇ, ਮਾੜੀ ਮੋਟੀ ਠੰਡ ਹੋ ਜਾਵੇ। ਆਪਣੇ ਪਿਆਜ਼ ਅਤੇ ਟਮਾਟਰ ਕੱਟ ਲਏ। ਹੁਣ ਆਪਾਂ ਲਓ ਜੀ, ਆਪਾਂ ਨੇ ਅੱਧੀ ਕੌਲੀ ਬੇਸਣ ਦੀ ਲੈ ਲਈ। ਆਹ ਜਿਹੜਾ ਆਪਾਂ ਨੇ ਕੱਦੂਕਸ਼ ਕਰਕੇ ਰੱਖਿਆ ਸੀ ਕੱਦੂ, ਇਹਨੂੰ ਆਪਾਂ ਇੱਦਾਂ ਨਿਚੋੜ ਕੇ ਬੇਸਣ ਦੇ ਵਿੱਚ ਪਾ ਲੈਂਦੇ ਹਾਂ। ਬਹੁਤ ਵਧੀਆ ਹੈਲਦੀ ਨਾਸ਼ਤਾ ਬਣਦਾ ਜੀ, ਘੀਆ ਤਾਂ ਵੈਸੇ ਵਧੀਆ ਹੁੰਦਾ ਖਾਣ ਨੂੰ, ਠੰਡਾ ਹੁੰਦਾ। ਲਓ ਜੀ, ਲਓ ਜੀ, ਆਪਾਂ ਕੀ ਇਹਨੂੰ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਹੁਣ ਇਹਨੂੰ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਘੋਲ ਲਵਾਂਗੇ, ਬਹੁਤਾ ਪਾਣੀ ਇਕੱਠਾ ਨਹੀਂ ਪਾਵਾਂਗੇ, ਥੋੜ੍ਹਾ ਥੋੜ੍ਹਾ ਪਾਣੀ ਪਾਵਾਂਗੇ।
ਲਓ ਜੀ ਬੇਸਣ ਆਪਣਾ ਘੁਲ ਗਿਆ ਚੰਗੀ ਤਰ੍ਹਾਂ। ਹੁਣ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰ ਲੈਂਦੇ ਹਾਂ, ਟਮਾਟਰ ਐਡ ਕਰਦੇ ਹਾਂ, ਇਹਨਾਂ ਨੂੰ ਮਿਕਸ ਕਰ ਲੈਂਦੇ ਹਾਂ ਚੰਗੀ ਤਰ੍ਹਾਂ। ਹੁਣ ਇਹਦੇ ਵਿੱਚ ਆਪਾਂ ਕਰਦੇ ਹਾਂ ਸੁੱਕੇ ਮਸਾਲੇ ਐਡ। ਮਿਰਚ ਪਾ ਲੈਂਦੇ ਹਾਂ, ਥੋੜ੍ਹੀ ਜਿਹੀ ਘੱਟ ਪਾਵਾਂਗੇ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਵਾਂਗੇ ਵਿੱਚ। ਨਮਕ ਪਾਉਂਦੇ ਹਾਂ ਸਵਾਦ ਅਨੁਸਾਰ, ਥੋੜ੍ਹੀ ਜਿਹੀ ਆਪਾਂ ਹਲਦੀ ਪਾ ਲਵਾਂਗੇ ਕਲਰ ਵਾਸਤੇ। ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਮਿਕਸ ਕਰ ਲੈਂਦੇ ਹਾਂ। ਮਸਾਲੇ ਆਪਣੇ ਮਿਕਸ ਹੋ ਗਏ, ਹੁਣ ਆਪਾਂ ਇਹਦੇ ਵਿੱਚ ਇੱਕ ਹਰੀ ਮਿਰਚ ਕੱਟ ਲੈਂਦੇ ਹਾਂ ਧੋ ਕੇ। ਆਪਾਂ ਹਰੀ ਮਿਰਚ ਨੂੰ ਕੱਟ ਕਰ ਲੈਂਦੇ ਹਾਂ ਬਰੀਕ ਬਰੀਕ ਵਿੱਚ, ਕਿਉਂਕਿ ਹਰੀ ਮਿਰਚ ਦਾ ਟੇਸਟ ਅਲੱਗ ਹੁੰਦਾ ਜੀ। ਇੱਦਾਂ ਕੱਟ ਪਾ ਕੇ ਬਰੀਕ ਬਰੀਕ ਕੱਟ ਲਵਾਂਗੇ ਜੀ। ਆਪਾਂ ਗੈਸ ਬਾਲਦੇ ਹਾਂ, ਤਵੇ ਨੂੰ ਧਰਦੇ ਹਾਂ ਉੱਪਰ, ਤਵੇ ਨੂੰ ਆਪਾਂ ਗਰਮ ਹੋ ਲੈਣ ਦਿੰਦੇ ਹਾਂ ਜਿੰਨੀ ਦੇਰ ਤੱਕ ਆਪਣਾ ਤਵਾ ਗਰਮ ਹੁੰਦਾ, ਉੰਨੀ ਦੇਰ ਤੱਕ ਆਪਾਂ ਘੋਲ ਨੂੰ ਚੰਗੀ ਤਰ੍ਹਾਂ ਘੋਲ ਲੈਂਦੇ ਹਾਂ। ਕਿਉਂਕਿ ਜਿੰਨਾ ਘੋਲਾਂਗੇ ਜੀ ਉੰਨਾ ਫਲੱਫੀ ਬਣੂੰਗਾ। ਲਓ ਜੀ ਤਵਾ ਆਪਣਾ ਗਰਮ ਹੋ ਗਿਆ, ਹੁਣ ਆਪਾਂ ਇਹਦੇ ਉੱਪਰ ਘੀ ਲਗਾ ਲੈਂਦੇ ਹਾਂ। ਚੰਗੀ ਤਰ੍ਹਾਂ ਆਪਾਂ ਗਰੀਸ ਕਰ ਲੈਂਦੇ ਹਾਂ ਧੀ ਨਾਲ, ਸੋਰੀ ਜੀ, ਚੰਗੀ ਤਰ੍ਹਾਂ ਆਪਾਂ ਘੀ ਤਵੇ 'ਤੇ ਲਗਾ ਲਿਆ, ਗਲਤ ਮੂੰਹ 'ਚੋਂ ਕਸੋਰੇ ਬੋਲਿਆ ਜਾਂਦਾ। ਹੁਣ ਆਪਾਂ ਜਿਹੜਾ ਬੈਟਰ ਤਿਆਰ ਕਰਿਆ ਧੀ ਉਹ ਤਵੇ ਦੇ ਉੱਪਰ ਪਾ ਲੈਂਦੇ ਹਾਂ। ਇੱਦਾਂ ਇਹਨੂੰ ਪ੍ਰੈਸ ਕਰ ਲੈਂਦੇ ਹਾਂ ਚੰਗੀ ਤਰ੍ਹਾਂ, ਫੈਲਾ ਲੈਂਦੇ ਹਾਂ ਦੂਰ ਜਿੰਨੀ ਕੁ ਦੂਰ ਤੱਕ ਆਪਾਂ ਤੋਂ ਫੈਲਰ ਦਾ। ਥੋੜ੍ਹਾ ਥੋੜ੍ਹਾ ਘੀ ਆਪਾਂ ਸਾਈਡਾਂ 'ਤੇ ਲਗਾ ਦੇਵਾਂਗੇ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੱਕਣ ਦਿੰਦੇ ਹਾਂ। ਲਓ ਜੀ ਇੱਕ ਪਾਸਾ ਆਪਣਾ ਪੱਕ ਗਿਆ, ਹੁਣ ਆਪਾਂ ਇਹਦਾ ਪਾਸਾ ਪਲਟਾ ਦਿੰਦੇ ਹਾਂ, ਇੱਧਰਲਾ ਪਾਸਾ ਵੀ ਆਪਾਂ ਚੰਗੀ ਤਰ੍ਹਾਂ ਪੱਕਣ ਦਿੰਦੇ ਹਾਂ। ਲਓ ਜੀ ਆਪਾਂ ਹੁਣ ਦੂਜਾ ਪਾਸਾ ਦੇਖਦੇ ਹਾਂ। ਲਓ ਜੀ ਇਹ ਵੀ ਪੱਕ ਗਿਆ, ਸਾਈਜ਼ ਆਪਾਂ ਵੱਡਾ ਵੀ ਕਰ ਸਕਦੇ ਹਾਂ ਛੋਟਾ ਵੀ ਕਰ ਸਕਦੇ ਹਾਂ। ਥੋੜ੍ਹਾ ਜਿਹਾ ਇਹਨੂੰ ਸੇਕ ਆਪਾਂ ਹੋਰ ਲਵਾ ਲੈਂਦੇ ਹਾਂ, ਕਿਉਂਕਿ ਇਹਦਾ ਇੱਕ ਪਾਸਾ ਤਾਂ ਇਹੀ ਹੁੰਦਾ ਜੀ, ਜਿਹੜਾ ਆਪਾਂ ਪਹਿਲਾਂ ਪਾਉਂਦੇ ਉਹ ਤਾਂ ਇੰਨੇ ਹੀ ਰੜਦਾ, ਜਿਹੜਾ ਉੱਪਰਲਾ ਪਾਸਾ ਹੁੰਦਾ ਉਹ ਪੱਕਦਾ ਤਾਂ ਪੂਰਾ ਪਰ ਰਹਿੰਦਾ, ਉਹ ਐਂ ਲੱਗੀ ਜਾਂਦਾ ਹੁੰਦਾ ਵੀ ਨਰਮ ਆ। ਲਓ ਜੀ ਨਾਸ਼ਤਾ ਆਪਣਾ ਬਣ ਕੇ ਤਿਆਰ ਹੋ ਗਿਆ, ਆਪਾਂ ਪਲੇਟ ਦੇ ਵਿੱਚ ਧਰ ਲੈਂਦੇ ਹਾਂ। ਹੁਣ ਆਪਾਂ ਇਸੇ ਤਰ੍ਹਾਂ ਹੋਰ ਬਣਾ ਲੈਂਦੇ ਹਾਂ, ਜਿਹੜਾ ਲੱਗਿਆ ਹੋਇਆ ਇਹਨੂੰ ਆਪਾਂ ਲਾਹ ਦਿੰਦੇ ਹਾਂ ਤਵੇ 'ਤੇ ਖਿੱਚ ਦਿੰਦੇ ਹਾਂ।
ਲਓ ਜੀ ਆਪਾਂ ਤਵੇ ਨੂੰ ਦੁਬਾਰਾ ਫਿਰ ਘੀ ਲਗਾ ਲੈਂਦੇ ਹਾਂ। ਹੁਣ ਆਪਾਂ ਇਹਦੇ ਫਿਰ ਦੁਬਾਰਾ ਬੈਟਰ ਪਾ ਦਿੰਦੇ ਹਾਂ ਜਿਹੜਾ ਤਿਆਰ ਕਰਿਆ ਸੀ। ਥੋੜ੍ਹਾ ਥੋੜ੍ਹਾ ਫੈਲਾ ਦਿੰਦੇ ਹਾਂ। ਬਹੁਤ ਛੇਤੀ ਬਣਦਾ ਜੀ ਇਹ ਨਾਸ਼ਤਾ। ਦੋ ਤਿੰਨ ਕੁ ਮਿੰਟ ਲਈ ਆਪਾਂ ਪੱਕਣ ਦਿੰਦੇ ਹਾਂ। ਲਓ ਜੀ ਇਹ ਵੀ ਆਪਣਾ ਚੰਗੀ ਤਰ੍ਹਾਂ ਪੱਕ ਗਿਆ। ਇਹਨੂੰ ਵੀ ਆਪਾਂ ਪਾਸਾ ਪਲਟਾ ਦਿੰਦੇ ਹਾਂ। ਇਹਦਾ ਇੱਧਰਲਾ ਪਾਸਾ ਪੱਕਣ ਦਿੰਦੇ ਹਾਂ। ਕੂੜਾ ਕਹਿ ਲਓ, ਨਾਸ਼ਤਾ ਕਹਿ ਲਓ, ਜੋ ਵੀ ਮਰਜ਼ੀ ਕਹਿ ਲਓ, ਹੁਣ ਆਪਾਂ ਸਾਰੇ ਇੱਦਾਂ ਹੀ ਬਣਾ ਕੇ ਤੁਹਾਨੂੰ ਫਿਰ ਮਿਲਦੇ ਹਾਂ। ਲਓ ਜੀ ਇਸੇ ਤਰ੍ਹਾਂ ਆਪਾਂ ਨੇ ਪੂੜੇ ਬਣਾ ਲਏ, ਕੁਛ ਰਹਿੰਦੇ ਨੇ ਫਿਰ ਬਣਾਵਾਂਗੇ। ਦੇਖੋ ਕਿੰਨੇ ਨਰਮ ਅਤੇ ਕਿੰਨੇ ਵਧੀਆ ਪੂੜੇ ਕਹਿ ਲਓ, ਨਾਸ਼ਤਾ ਕਹਿ ਲਓ। ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।